ਤੋਂ ਰਾਜ ਸਭਾ ਦਾ ਮੈਂਬਰ ਆ ਰਾਘਵ ਚੱਡਾ, ਉਹਦੀ ਰਿੰਗ ਸੈਰੇਮਨੀ ਸੀ ਦਿੱਲੀ ਚ ਕਪੂਰਥਲਾ ਹਾਊਸ ਚ। ਉੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੇ ਵੀ ਹਾਜ਼ਰੀ ਭਰ ਕੇ ਆਏ ਪਰਿਵਾਰ ਦੇ ਸੱਦੇ। ਜਾਣਾ ਕੋਈ ਮਨਾ ਨਹੀਂ, ਜਾਣ ਮੁਬਾਰਕ ਹੈ, ਕਿਸੇ ਨੇ ਬੁਲਾਇਆ। ਪਰ ਭਾਈ ਹਰਪ੍ਰੀਤ ਸਿੰਘ ਦੇ ਮਗਰ ਇੱਕ ਸੰਸਥਾ ਖੜੀ ਆ, ਹਰਪ੍ਰੀਤ ਸਿੰਘ ਜੀ ਦੇ ਮਗਰ ਇੱਕ ਸਿਧਾਂਤ ਖੜਾ। ਜਿੱਥੇ ਭਾਈ ਹਰਪ੍ਰੀਤ ਸਿੰਘ ਜਾਂਦੇ ਆ, ਇਹ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਬਣਨ ਤੋਂ ਪਹਿਲਾਂ ਹਰਪ੍ਰੀਤ ਸਿੰਘ ਇੱਕ ਆਮ ਇਨਸਾਨ ਸੀ। ਅੱਜ ਭਾਈ ਹਰਪ੍ਰੀਤ ਸਿੰਘ ਦੀ ਜ਼ੁਬਾਨ ਚੋਂ ਨਿਕਲਿਆ ਹੋਇਆ ਇੱਕ ਇੱਕ ਬੋਲ ਅਕਾਲ ਤਖ਼ਤ ਸਾਹਿਬ ਨਾਲ ਜੁੜਦਾ। ਹਰਪ੍ਰੀਤ ਸਿੰਘ ਦਾ ਕਿਸੇ ਵੀ ਦਿਸ਼ਾ ਵੱਲ ਪੁੱਟਿਆ ਹੋਇਆ ਇੱਕ ਇੱਕ ਕਦਮ ਅਕਾਲ ਤਖ਼ਤ ਸਾਹਿਬ ਦਾ ਕਦਮ। ਉਹ ਗਏ ਨੇ, ਚਲੋ ਕਿਸੇ ਪਰਿਵਾਰ ਨੇ ਸੱਦਾ ਦਿੱਤਾ, ਮੁਬਾਰਕ ਹੈ। ਪਰ ਮੇਰੇ ਇੱਕ ਸਵਾਲ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਜੀ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਜਿਹੜਾ ਪਵਿੱਤਰ ਸ਼ਤਾਬਦੀ ਮਨਾਈ ਗਈ ਆ ਲਾਲ ਕਿਲੇ ਤੇ, ਨਿਸ਼ਾਨ ਸਾਹਿਬ ਝੂਲੇ ਸੀ, ਕੇਂਦਰ ਦੀ ਸਰਕਾਰ ਨੇ ਮਨਾਈ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਉਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੱਦਾ ਦਿੱਤਾ ਸੀ ਕੇਂਦਰ ਸਰਕਾਰ ਨੇ ਵੀ ਦਿੱਲੀ ਕਮੇਟੀ ਨੇ ਵੀ। ਉਸ ਦਿਨ ਲਾਲ ਕਿਲੇ ਤੇ ਹਰਪ੍ਰੀਤ ਸਿੰਘ ਜਥੇਦਾਰ ਜੀ ਅਕਾਲ ਤਖ਼ਤ ਸਾਹਿਬ ਵੱਲੋਂ ਹਾਜ਼ਰੀ ਭਰਨ ਨਹੀਂ ਗਏ ਤੇ ਹਰਪ੍ਰੀਤ ਸਿੰਘ ਦੇ ਹਮਾਇਤੀ ਇਹ ਗੱਲਾਂ ਕਹਿੰਦੇ ਸੀ ਕਿ ਉੱਥੇ ਜਿਹੜਾ ਨਾ ਪ੍ਰਬੰਧ ਗੁਰਮਤ ਵਾਲਾ ਨਹੀਂ ਸੀਗਾ, ਉੱਥੇ ਤਾਂ ਜਿਹੜੇ ਪੰਥ ਵਿਰੋਧੀ ਲੋਕਾਂ ਦਾ ਪ੍ਰੋਗਰਾਮ ਸੀ। ਕਿਰਪਾ ਕਰਕੇ ਜਥੇਦਾਰ ਜੀ ਤੁਸੀਂ ਦੱਸਿਓ, ਜਿੱਥੇ ਤੁਸੀਂ ਅੱਜ ਹਾਜ਼ਰੀ ਭਰ ਕੇ ਆਏ ਹੋ, ਕਿ ਉੱਥੇ ਸਾਰਾ ਕੁਝ ਗੁਰਮਤ ਅਨੁਸਾਰ ਸੀਗਾ? ਅਗਲੀ ਗੱਲ, ਬਰਗਾੜੀ ਦੀ ਧਰਤੀ ਤੇ 2 ਸਾਲਾਂ ਤੋਂ ਉੱਪਰ ਹੋ ਗਏ ਆ ਲਗਭਗ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਭਾਈ ਸੁਖਰਾਜ ਸਿੰਘ ਨਿਆਮੀ ਵਾਲੇ ਉਹ ਧਰਨਾ ਲਾ ਕੇ ਬੈਠੇ ਆ। ਜਦੋਂ ਤੁਹਾਡੀ ਗੱਡੀ ਗੁਰਦੁਆਰਾ ਸਾਹਿਬ ਦੇ ਤੇਲ ਤੇ ਜਿਹੜੀ ਚੱਲਦੀ ਆ, ਉਹ ਦਮਦਮਾ ਸਾਹਿਬ ਤੋਂ ਤੁਰਦੀ ਆ ਅੰਮ੍ਰਿਤਸਰ ਸਾਹਿਬ ਨੂੰ ਜਾਂਦੀ ਆ, ਤਾਂ ਰਸਤੇ ਦੇ ਉੱਤੇ ਬਠਿੰਡੇ ਤੋਂ ਜਦੋਂ ਤੁਸੀਂ ਫਰੀਦਕੋਟ ਵਾਲੀ ਹਾਈਵੇ ਤੇ ਚੜ੍ਹਦੇ ਹੋ, ਤਾਂ ਬਰਗਾੜੀ ਪਿੰਡ ਦੇ ਵਿੱਚ ਉਹ ਲੱਗਿਆ ਹੋਇਆ ਧਰਨਾ ਜਿਹੜਾ ਹੈ ਬਹਿਬਲ ਕਲਾਂ ਵਾਲਾ, ਉਹ ਤੁਹਾਡੇ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਲੱਗਦਾ ਕਦੇ ਆਇਆ। ਕਦੇ ਬ੍ਰੇਕ ਮਾਰੇ ਹੁਣ, ਉੱਥੇ 2 ਮਿੰਟ ਰੁਕੇ ਹੋਵੋ, ਉੱਥੇ ਵੀ ਹਾਜ਼ਰੀ ਭਰ ਦਿਓ। ਜੇ ਤੁਸੀਂ ਰਾਘਵ ਚੱਡਾ ਜੀ ਦੀ ਰਿੰਗ ਸੈਰੇਮਨੀ ਜਾ ਸਕਦੇ ਹੋ ਤੇ 2 ਮਿੰਟ ਉੱਥੇ ਵੀ ਹਾਜ਼ਰੀ ਭਰ ਲਓ, ਇਤਰਾਜ਼ ਕੀ ਹੈ? ਅਗਲੀ ਗੱਲ, ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ। ਉਹ ਬੰਦੀ ਸਿੰਘ ਕੋਈ ਨਿੱਜੀ ਜ਼ਮੀਨ ਖਾਤਰ ਨਹੀਂ ਜੇਲ੍ਹਾਂ 'ਚ ਬੰਦ, ਉਹਨਾਂ ਨੇ ਕੋਈ ਆਪਦੇ ਧੀ ਪੁੱਤ ਖਾਤਰ ਨਹੀਂ ਲੜਾਈ ਲੜੀ, ਉਹ ਸਿੱਖਾਂ ਦੀਆਂ ਹੱਕੀ ਮੰਗਾਂ ਖਾਤਰ ਜੂਝਦੇ ਜੂਝਦੇ ਜੇਲ੍ਹਾਂ 'ਚ ਬੈਠੇ ਨੇ। ਕਦੇ ਉੱਥੇ ਵੀ ਹਾਜ਼ਰੀ ਭਰਿਆ, ਉਹ ਕੱਢ ਲਓ ਜੀ ਟਾਈਮ। ਜਥੇਦਾਰ ਹਰਪ੍ਰੀਤ ਸਿੰਘ ਜੀ ਜਾਓ, ਮੁਬਾਰਕ ਆ ਤੁਸੀਂ ਰਾਘਵ ਚੱਡਾ ਜੀ MP, ਉਹਨਾਂ ਦੇ ਵਿਆਹ 'ਚ ਜਾਓ, ਸਗਨ ਤੇ ਜਾਓ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਇੱਕ ਬੇਨਤੀ ਆ ਕਿ ਆ ਪਿਛਲੇ ਦਿਨੀ NSA ਲਾ ਕੇ ਕਿੰਨੇ ਪੰਜਾਬ ਦੇ ਬੱਚੇ ਆ ਜਿਹੜੇ ਡਿਬਰੂਗੜ੍ਹ ਭੇਜਤੇ, ਤੇ ਆਪਣੀ ਗੱਡੀ 'ਚ ਗੁਰਦੁਆਰੇ ਦਾ ਤੇਲ ਪਵਾਓ, ਉਹਨਾਂ ਮਾਮਾਂ ਨੂੰ ਜਾ ਕੇ ਦਿਲਾਸਾ ਦੇ ਆਓ ਜਿਨ੍ਹਾਂ ਦੇ ਬੱਚੇ ਜੇਲ੍ਹਾਂ 'ਚ ਨੇ। ਉੱਧਰ ਨੂੰ ਵੀ ਆਪਾਂ ਮੂੰਹ ਕਰ ਲਈਏ, ਹਿੰਮਤ ਕਰ ਲਈਏ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ 2015 ਤੋਂ ਲੈ ਕੇ ਲਗਾਤਾਰ, ਸਿਰਫ ਇੱਕੋ ਕੇਸ ਆ ਜਿਹੜਾ ਅੰਜਾਮ ਤੱਕ ਪਹੁੰਚਿਆ, ਜਿੱਥੇ ਦੋਸ਼ੀ ਆ ਜਿਹੜੇ ਕੋਰਟ ਨੇ ਸਾਬਤ ਕਰਤੇ ਵੀ ਆਹ ਬੰਦੇ ਦੋਸ਼ੀ ਆ, ਇਹਨਾਂ ਨੇ ਬੇਅਦਬੀ ਕੀਤੀ ਆ, ਉਹ ਆ ਮੱਲਕੇ ਪਿੰਡ ਜਿਹੜੀ ਬੇਅਦਬੀ ਹੋਈ ਸੀ। ਮੱਲਕੇ ਪਿੰਡ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਾ ਇੱਕੋ ਇੱਕ ਗਵਾਹ ਭਾਈ ਗੁਰਸੇਵਕ ਸਿੰਘ, ਜਿਹੜੇ ਨੇ ਪ੍ਰੇਮੀਆਂ ਦੇ ਦਿੱਤੇ ਹੋਏ ਖਾਲੀ ਚੱਕਾਂ ਨੂੰ ਵੀ ਭਗਾ ਕੇ ਮਾਰਿਆ, ਉਹ ਬੰਦੇ ਨੇ ਲੜਾਈ ਲੜੀ, ਉਹ ਕੋਰਟ ਦੇ ਵਿੱਚ ਡਟ ਕੇ ਖੜਾ ਰਿਹਾ, ਉਹਨੇ ਦੋਸ਼ੀਆਂ ਨੂੰ ਸਜ਼ਾ ਦਿਵਾਈ। ਤੇ ਜਥੇਦਾਰ ਜੀ ਆਪਦੀ ਗੱਡੀ 'ਚ ਗੁਰਦੁਆਰੇ ਦਾ ਤੇਲ ਪਾਓ, ਭਾਈ ਗੁਰਸੇਵਕ ਸਿੰਘ ਨੂੰ ਸਰੋਪੇ ਹੀ ਦੇ ਆਓ। 10 ਮਹੀਨੇ ਹੋ ਗਏ ਉਹਨਾਂ ਨੇ ਕੇਸ ਜਿੱਤੇ ਨੂੰ, ਤੁਹਾਡੀ ਜ਼ੁਬਾਨ 'ਚੋਂ ਕਦੇ ਧੰਨਵਾਦ ਦੇ 2 ਸ਼ਬਦ ਨਹੀਂ ਨਿਕਲੇ, ਤੁਹਾਡੀ ਗੱਡੀ ਕਦੇ ਮੱਲ ਕੇ ਪਿੰਡ ਨਹੀਂ ਗਈ। ਜੇ ਤੁਹਾਡੀ ਗੱਡੀ ਕਪੂਰਥਲਾ ਦਿੱਲੀ ਹਾਊਸ, ਕਪੂਰਥਲਾ ਹਾਊਸ 'ਚ ਦਿੱਲੀ ਭਾਈ ਰਾਘਵ ਚੱਡੇ ਦੇ ਰਿੰਗ ਸੈਰੇਮਨੀ 'ਚ ਜਾ ਸਕਦੀ ਆ, ਤੇ ਕਿਰਪਾ ਕਰਕੇ ਵਹਿਬਲ ਕਲਾਂ ਵੀ ਜਾਇਓ, ਭਾਈ ਗੁਰਸੇਵਕ ਸਿੰਘ ਮੱਲਕੇ ਨੂੰ ਵੀ ਸਨਮਾਨ ਕਰਿਓ, ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਹੋਏ ਮੋਰਚੇ 'ਚ ਵੀ ਜਾਇਓ, ਤਾਂ ਜੋ ਕੌਮ ਦਾ ਕੋਈ ਮਾੜਾ